ਕੀਤੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਆਪਾਂ ਅੱਠੇ ਪਹਿਰ ਜਦੋਂ ਵੀ ਸਤਿਗੁਰੂ ਦੇ ਕੋਲ ਜਾਂਦੇ ਆ ਭਾਈ ਸੱਤੇ ਤੇ ਬਲਵੰਡ ਨੂੰ ਮੱਥਾ ਟੇਕਦੇ ਆ ਵੇਖੋ ਸਿਰ ਕਰ ਵਕਤ ਧਰਾਏ ਕਹਿ ਸਿਰ ਚੜਿਆ ਭੱਜੈ ਅਗਲੀ ਗੱਲ ਉਹ ਕਹਿਣ ਲੱਗੇ ਲੋਹੇ ਜੜੀਐ ਬੋਝ ਥਾ ਭਰੇ ਭਾਰ ਨਾ ਤੱਜੈ ਹੁਣ ਇਸ ਤੁਕ ਦੇ ਵਿੱਚ ਕਹਿਣ ਲੱਗੇ ਕਿ ਉਸ ਲੱਕੜ ਦੇ ਨਾਲ ਉਸ ਜਹਾਜ਼ ਦੇ ਨਾਲ ਬਹੁਤ ਜ਼ਿਆਦਾ ਲੋਹਾ ਵੀ ਲੱਗਾ ਹੁੰਦਾ ਤੇ ਜਹਾਜ਼ ਦੇ ਵਿੱਚ ਅਨੇਕਾਂ ਲੋਹੇ ਦੀਆਂ ਚੀਜ਼ਾਂ ਲੱਦੀਆਂ ਵੀ ਹੁੰਦੀਆਂ ਬੜਾ ਸਾਜੋ ਸਮਾਨ ਲੱਦਿਆ ਹੁੰਦਾ ਤੇ ਕਿਸੇ ਬੰਦੇ ਨੇ ਸ਼ੰਕਾ ਕੀਤੀ ਭਾਈ ਗੁਰਦਾਸ ਜੀ ਪੁੰਜ ਤਾਂ ਜੇ ਆਪਾਂ ਲੋਹੇ ਨੂੰ ਪਾਣੀ ਦੇ ਵਿੱਚ ਡੋਬ ਪਾਈਏ ਤੇ ਉਹ ਲੋਹਾ ਡੁੱਬ ਜਾਂਦਾ ਜੇ ਹੋਰਨਾਂ ਸਾਜੋ ਸਮਾਨਾਂ ਨੂੰ ਪਾਣੀ ਦੇ ਵਿੱਚ ਰੱਖੀਏ ਉਹ ਡੁੱਬ ਜਾਣਗੇ ਪਰ ਜਦੋਂ ਉਹ ਲੋਹਾ ਲੱਕੜ ਦੇ ਬਣੇ ਹੋਏ ਜਹਾਜ਼ ਦੇ ਨਾਲ ਲੱਗਾ ਉਹ ਡੁੱਬਿਆ ਕਿਉਂ ਨਹੀਂ ਤਾਂ ਭਾਈ ਗੁਰਦਾਸ ਜੀ ਕਹਿੰਦੇ ਆ ਗੁਰਮੁਖੋ ਜਿਹੜਾ ਪਾਣੀ ਹੈ ਨਾ ਉਹਨੂੰ ਲੱਕੜ ਦੇ ਨਾਲ ਇੰਨਾ ਕੁ ਵੱਧ ਕੇ ਪਿਆਰ ਹੈ ਆਪਣੇ ਪਾਲੇ ਹੋਏ ਪੁੱਤਰ ਦੇ ਨਾਲ ਇੰਨਾ ਕੁ ਵੱਧ ਕੇ ਪਿਆਰ ਹੈ ਜੇ ਕੋਈ ਉਸ ਲੱਕੜ ਦੀ ਸੰਗਤ ਵਿੱਚ ਵੀ ਮਿਲ ਜਾਏ ਤੇ ਪਾਣੀ ਉਸ ਸੰਗਤ ਕਰਨ ਵਾਲੇ ਵੀ ਨਹੀਂ ਡੁੱਬਦਾ ਮਤਲਬ ਕਿ ਗੁਰੂ ਨੂੰ ਆਪਣੇ ਸਿੱਖ ਦੇ ਨਾਲ ਇੰਨਾ ਕੁ ਪਿਆਰ ਹੈ ਗੁਰੂ ਨੂੰ ਗੁਰਮਤ ਦੇ ਧਾਰਨੀ ਸਿੱਖ ਦੇ ਨਾਲ ਇੰਨਾ ਕੁ ਪਿਆਰ ਹੈ ਕਿ ਜਿਹੜਾ ਵੀ ਬੰਦਾ ਉਸ ਗੁਰਸਿੱਖ ਦੀ ਸੰਗਤ ਵਿੱਚ ਵੀ ਆ ਜਾਏ ਗੁਰੂ ਉਸ ਸੰਗਤ ਕਰਨ ਵਾਲੇ ਨੂੰ ਵੀ ਕਦੇ ਡੋਬਦੇ ਨਹੀਂ ਹੁੰਦੇ ਇਸੇ ਲਈ ਹਜ਼ੂਰ ਨੇ ਬਾਰ ਬਾਰ ਆਖਿਆ ਨਾ ਕਿ ਨਾਮ ਜਪਣ ਵਾਲਿਆਂ ਦੀ ਸੰਗਤ ਕਰੀਏ ਦੇਖੋ ਭਾਈ ਸੱਤੇ ਬਲਵੰਡ ਇਹਨਾਂ ਦੋਵਾਂ ਨੇ ਸੰਗਤ ਕੀਤੀ ਭਾਈ ਲੱਦਾ ਜੀ ਦੀ ਤੇ ਭਾਈ ਲੱਦੇ ਨੇ ਆਪ ਤਾਂ ਸਤਿਗੁਰਾਂ ਦੀ ਖੁਸ਼ੀ ਲਈ ਹੀ ਨਾਲ ਇਹਨਾਂ ਨੂੰ ਵੀ ਕਲੰਕ ਤੋਂ ਬਚਾ ਲਿਆ ਉਹ ਪ੍ਰਸੰਗ ਆਪ ਸਾਰੇ ਜਾਣਦੇ ਹੋ ਪਰ ਅਗਲੀ ਗੱਲ ਜਿਹੜੀ ਭਾਈ ਗੁਰਦਾਸ ਨੇ ਆਖੀ ਉਹ ਕਹਿ ਕੇ ਮੈਂ ਸਮਾਪਤੀ ਕਰ ਦਿਆਂਗਾ ਭਾਈ ਗੁਰਦਾਸ ਜੀ ਕਹਿੰਦੇ ਆ ਪਾਣੀ ਲੱਕੜ ਨੂੰ ਨਹੀਂ ਡੋਬਦਾ ਇਹ ਗੱਲ ਸਮਝ ਵਿੱਚ ਲੱਗ ਗਈ ਪਰ ਕਹਿਣ ਲੱਗੇ ਇੱਕ ਲੱਕੜ ਹੈ ਜਿਹਨੂੰ ਪਾਣੀ ਜ਼ਰੂਰ ਡੋਬਦਾ ਸਰੋਤੇ ਹੈਰਾਨ ਹੋ ਗਏ ਕਿ ਇਹ ਹੁਣ ਨਵੀਂ ਗੱਲ ਕਿੱਧਰੋਂ ਕੱਢ ਮਾਰੀ ਭਾਈ ਗੁਰਦਾਸ ਜੀ ਕਹਿੰਦੇ ਆ ਹਾਂ ਇੱਕ ਲੱਕੜ ਦੁਨੀਆਂ ਵਿੱਚ ਜ਼ਰੂਰ ਹੈ ਜਿਹਨੂੰ ਪਾਣੀ ਡੋਬਦਾ ਤੇ ਉਹ ਲੱਕੜ ਹੈ ਚੰਦਨ ਦੀ ਲੱਕੜ ਜਿਹੜਾ ਅਸਲੀ ਚੰਦਨ ਉਹਦੇ ਵਾਸਤੇ ਗੁਰਮੁਖੋ ਜਦੋਂ ਪ੍ਰੀਖਿਆ ਹੁੰਦੀ ਆ ਨਾ ਕਿ ਅਸਲੀ ਚੰਦਨ ਕਿਹੜਾ ਤੇ ਨਕਲੀ ਚੰਦਨ ਕਿਹੜਾ ਉਸ ਲੱਕੜ ਨੂੰ ਪਾਣੀ ਦੇ ਉੱਤੇ ਰੱਖਿਆ ਜਾਂਦਾ ਜੇ ਤਾਂ ਉਹ ਲੱਕੜ ਚੰਦਨ ਦੀ ਪਾਣੀ ਵਿੱਚ ਡੁੱਬ ਜਾਏ ਤੇ ਪਾਰਖੂ ਕਹਿ ਦਿੰਦੇ ਆ ਇਹ ਨਕਲੀ ਹੈ ਜੇ ਉਹ ਚੰਦਨ ਦੀ ਲੱਕੜ ਪਾਣੀ ਦੇ ਵਿੱਚ ਡੁੱਬ ਜਾਏ ਤੇ ਉਹਨੂੰ ਕਹਿੰਦੇ ਆ ਵੀ ਅਸਲੀ ਹੈ ਜੇ ਨਾ ਡੁੱਬੇ ਤਾਂ ਨਕਲੀ ਹੈ ਜੇ ਉੱਤੇ ਤੈਰਦੀ ਰਹਿ ਗਈ ਮਤਲਬ ਨਕਲੀ ਜੇ ਅੰਦਰ ਡੁੱਬ ਗਈ ਤਾਂ ਇਹਦਾ ਮਤਲਬ ਅਸਲੀ ਹੁਣ ਭਾਈ ਗੁਰਦਾਸ ਜਿਹੜੀ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਆ ਕਹਿੰਦੇ ਜ਼ਿੰਦਗੀ ਦੇ ਵਿੱਚ ਕਸਵੱਟੀਆਂ ਬੜੀਆਂ ਲੱਗਣਗੀਆਂ ਗੁਰਸਿੱਖੀ ਦੇ ਰਾਹ ਦੇ ਉੱਤੇ ਚੱਲਦਿਆਂ ਜ਼ਿੰਦਗੀ ਦੇ ਵਿੱਚ ਬੜੀਆਂ ਪ੍ਰੀਖਿਆਵਾਂ ਆਉਣਗੀਆਂ ਪਰ ਸੱਚ ਇਹ ਵੇ ਪਿਆਰਿਓ ਗੁਰੂ ਉਹ ਪ੍ਰੀਖਿਆਵਾਂ ਉਹ ਕਸਵੱਟੀਆਂ ਸਾਨੂੰ ਤਾਂ ਨਹੀਂ ਦਿੰਦਾ ਕਿ ਅਸੀਂ ਬਰਬਾਦ ਹੋ ਜਾਈਏ ਅਸੀਂ ਡੁੱਬ ਜਾਈਏ ਸੱਚ ਇਹ ਵੇ ਗੁਰੂ ਸਾਨੂੰ ਇੰਨਾ ਕੁ ਸ਼ਕਤੀਸ਼ਾਲੀ ਬਣਾਉਣਾ ਚਾਹੁੰਦਾ ਹੈ ਗੁਰੂ ਸਾਨੂੰ ਇੰਨਾ ਕੁ ਪ੍ਰਪੱਕ ਬਣਾਉਣਾ ਚਾਹੁੰਦਾ ਹੈ ਕਿ ਉਹਨਾਂ ਕਸਵੱਟੀਆਂ ਦਾ ਸਾਹਮਣਾ ਕਰਕੇ ਸਾਡਾ ਗੁਰਸਿੱਖ ਫਿਰ ਸੰਸਾਰ ਸਮੁੰਦਰ ਨੂੰ ਪਾਰ ਕਰ ਜਾਵੇ ਪਾਣੀ ਘਾਟ ਨਾ ਡੁੱਬਈ ਪਾਲੇ ਦੀ ਲੱਜੈ ਤੇ ਭਾਈ ਗੁਰਦਾਸ ਨੇ ਜਿਹੜੀ ਇੱਥੇ ਤੁਕ ਵਰਤੀ ਕਹਿੰਦੇ ਆ ਅਗਰ ਇਹ ਡੁੱਬੈ ਜਾਣ ਕੇ ਪਾਣੀ ਜਾਣ ਬੁੱਝ ਕੇ ਚੰਦਨ ਦੀ ਲੱਕੜ ਨੂੰ ਡੋਬਦਾ ਤੇ ਉਹਦੇ ਡੁੱਬਣ ਦੇ ਕਾਰਨ ਨਿਰਮੋਲਕ ਧੱਜੈ ਚੰਦਨ ਦੀ ਲੱਕੜ ਬਹੁਤ ਮਹਿੰਗੇ ਮੁੱਲ ਦੀ ਫਿਰ ਵਿਕਦੀ ਆ ਗੁਰੂ ਕਲਗੀਧਰ ਮਹਾਰਾਜ ਜੀ ਦੇ ਉੱਤੇ ਪ੍ਰਸ਼ਨ ਕੀਤਾ ਸੀ ਭਾਈ ਧਿਆਨ ਸਿੰਘ ਜੀ ਹੋਰਾਂ ਨੇ ਜਦੋਂ ਮਹਾਰਾਜ ਇੱਧਰ ਮਾਲਵੇ ਵੱਲ ਆਏ ਹਜ਼ੂਰ ਦੇ ਉੱਤੇ ਪ੍ਰਸ਼ਨ ਕੀਤਾ ਗਿਆ ਕਿ ਕਲਗੀਧਰ ਪਾਤਸ਼ਾਹ ਤੁਹਾਨੂੰ ਗੁਰਸਿੱਖ ਸਰਬ ਕਲਾ ਸਮਰੱਥ ਕਹਿੰਦੇ ਆ ਤੁਹਾਨੂੰ ਹਰ ਥਾਂ ਤੇ ਰੱਖਿਆ ਕਰਨ ਵਾਲਾ ਕਹਿੰਦੇ ਆ ਪਰ ਦਾਦਾ ਇੱਕ ਗੱਲ ਸਮਝ ਵਿੱਚ ਨਹੀਂ ਆਈ ਤੁਹਾਡੇ ਹੁੰਦਿਆਂ ਹੋਇਆਂ ਆਨੰਦਾਂ ਦੀ ਪੁਰੀ ਕਿਵੇਂ ਉੱਜੜ ਗਈ ਤੁਹਾਡੇ ਹੁੰਦਿਆਂ ਹੋਇਆਂ ਤੁਹਾਡੇ ਚਾਰ ਸਾਹਿਬਜ਼ਾਦੇ ਕਿਵੇਂ ਸ਼ਹੀਦ ਹੋ ਗਏ ਤੁਹਾਡੇ ਹੁੰਦਿਆਂ ਹੋਇਆਂ ਮਾਤ ਗੁਜਰ ਕੌਰ ਜੀ ਕਿਵੇਂ ਚਲੇ ਗਏ ਇਹ ਉਹਨਾਂ ਨੂੰ ਜਾਣ ਬੁੱਝ ਕੇ ਖਤਮ ਕੀਤਾ ਤੇ ਕਲਗੀਧਰ ਪਾਤਸ਼ਾਹ ਨੇ ਇੱਕੋ ਗੱਲ ਆਖੀ ਹਜ਼ੂਰ ਕਹਿਣ ਲੱਗੇ ਭਾਈ ਗੁਰਮੁਖਾਂ